वेलकम टू माय YouTube क्लास ਅੱਜ ਦੀ ਕਲਾਸ ਆਪਰੀ ਰਹਿਣ ਵਾਲੀ ਹੈਗੀ ਪੀਐਸ ਟੈਟ ਦੇ ਲਈ ਸਿੱਖਿਆ ਸ਼ਾਸਤਰੀ ਥਰਸਟਨ ਦੇ ਉੱਪਰ ਅੱਜ ਦੀ ਕਲਾਸ ਵਿੱਚ ਆਪਾਂ ਇਹਦੇ ਸਿਧਾਂਤ ਦੇ ਬਾਰੇ ਜਾਣਾਂਗੇ ਸੋ ਕਲਾਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਤਾਂ ਕਿ ਹੋਰ ਵੀ ਵਿਦਿਆਰਥੀ ਆਪਣੇ ਨਾਲ ਜੁੜ ਜਾਣ ਕਲਾਸ ਨੂੰ ਸਟਾਰਟ ਕਰਦੇ ਹਾਂਗੇ ਥਰਸਟਨ ਨੇ ਬੌਕਾਰ ਕੀ ਬੁੱਧੀ ਦਾ ਸਿਧਾਂਤ ਦਿੱਤਾ ਸੀਗਾ ਇਸਨੇ ਪ੍ਰਾਇਮਰੀ ਅਬਿਲਿਟੀ ਲਈ 7 ਸਿਧਾਂਤ ਦਿੱਤੇ ਅਤੇ ਇੱਕ ਟੈਸਟ ਦਿੱਤਾ PMA ਭਾਵ ਕਿ ਪ੍ਰਾਇਮਰੀ ਮੈਂਟਲ ਅਬਿਲਿਟੀ ਹੁਣ ਆਪਾਂ ਗੱਲ ਕਰਾਂਗੇ ਜੋ ਕਿ ਥਰਸਟਨ ਨੇ ਪ੍ਰਾਇਮਰੀ ਅਬਿਲਿਟੀ ਲਈ 7 ਸਿਧਾਂਤ ਦਿੱਤੇ ਸੀਗੇ ਸਭ ਤੋਂ ਪਹਿਲਾ ਸਿਧਾਂਤ ਆਉਂਦਾ ਹੈਗਾ ਵਰਬਲ ਅਬਿਲਿਟੀ ਇਹਨੂੰ ਆਪਾਂ ਕੱਲੀ ਵੀ ਵੀ ਲਿਖ ਸਕਦੇ ਹਾਂਗੇ ਯਾਦ ਰੱਖਣ ਦੇ ਲਈ ਵਰਬਲ ਅਬਿਲਿਟੀ ਵਿੱਚ ਉਹ ਵਿਅਕਤੀ ਆ ਜਾਂਦੇ ਨੇ ਜੋ ਬੋਲਣ ਅਤੇ ਸਮਝਣ ਦੀ ਯੋਗਤਾ ਰੱਖਦੇ ਨੇ ਭਾਵ ਕਿ ਇਹ ਵਿਅਕਤੀ ਵਧੀਆ ਬੋਲ ਵੀ ਲੈਂਦੇ ਨੇ ਅਤੇ ਆਪਣੀ ਜੋ ਕਿ ਵਿਚਾਰ ਹੁੰਦੇ ਨੇ ਦੂਸਰੇ ਵਿਅਕਤੀ ਤੱਕ ਉਸ ਨੂੰ ਸਮਝਾ ਵੀ ਦਿੰਦੇ ਨੇ ਤੇ ਖੁਦ ਵੀ ਸਮਝਣ ਦੀ ਯੋਗਤਾ ਪੂਰੀ ਰੱਖਦੇ ਹੁੰਦੇ ਨੇ ਇਹ ਵਿਅਕਤੀ ਜੋ ਕਿ ਤੇਜ ਬੁੱਧੀ ਵਾਲੇ ਵਿਅਕਤੀ ਹੁੰਦੇ ਨੇ ਇਹ ਨੈਕਸਟ ਸਟੈਪ ਅਗਲ ਕਰਾਂਗੇ ਸੈਕਿੰਡ ਸਿਧਾਂਤ ਦੀ ਵਰਡ ਫਲੂਐਂਸੀ ਅਬਿਲਟੀ ਇਹਨੂੰ ਪਰ ਡਬਲਯੂ ਵੀ ਲਿਖ ਸਕਦੇ ਆਂਗੇ ਯਾਦ ਰੱਖਣ ਦੇ ਲਈ ਇਸ ਅਬਿਲਿਟੀ ਵਿੱਚ ਉਹ ਵਿਅਕਤੀ ਆ ਜਾਂਦੇ ਨੇ ਜੋ ਕਿਸੇ ਸ਼ਬਦ ਨੂੰ ਜਾਂ ਕਿਸੇ ਮਟੀਰੀਅਲ ਨੂੰ ਵਧੀਆ ਤਰੀਕੇ ਨਾਲ ਸਮਝਾਇਆ ਭਾਵ ਕਿ ਪ੍ਰੋਨਾਂਸ ਕੀਤਾ ਜਾਵੇ ਉਸ ਵਿਅਕਤੀ ਦੁਆਰਾ ਭਾਵ ਕਿ ਜਦੋਂ ਆਪਾਂ ਕੋਈ ਚੀਜ਼ ਲੈਣੇ ਹੈਗੇ ਮੰਨ ਕੇ ਚਲੋ ਵੀ ਆਪਾਂ ਕੋਈ ਮੋਟਰਸਾਈਕਲ ਲੈਣੇ ਹੈਗੇ ਤਾਂ ਇਹ ਉਸ ਜੋ ਵਿਅਕਤੀ ਉਹ ਸੇਲ ਕਰਦਾ ਹੈਗਾ ਤਾਂ ਉਸ ਦੇ ਵਿੱਚ ਉਹ ਕਲਾ ਹੁੰਦੀ ਹੈ ਕਿ ਵੀ ਉਹ ਜਿਹੜਾ ਪ੍ਰੋਡਕਟ ਵੇਚ ਰਿਹਾ ਹੈਗਾ ਉਸ ਦੇ ਬਾਰੇ ਆਪਾਂ ਨੂੰ ਪੂਰੀ ਡਿਟੇਲ ਦੇ ਵਿੱਚ ਉਹ ਦੱਸ ਰਿਹਾ ਵੀ ਇਸ ਵਿੱਚ ਇਹ ਫੀਚਰ ਨੇ ਇਸ ਤਰ੍ਹਾਂ ਸਟਾਰਟ ਹੁੰਦਾ ਹੈਗਾ ਇਸ ਤਰ੍ਹਾਂ ਦੇ ਉਹ ਆਪਣੀ ਕਲਾ ਦੇ ਨਾਲ ਆਪਾਂ ਨੂੰ ਉਹ ਚੀਜ਼ ਸੇਲ ਕਰਦਾ ਹੈਗਾ ਨੈਕਸਟ ਆਪਾਂ ਤੀਜੇ ਸੁਨਾਹ ਦੀ ਗੱਲ ਕਰਾਂਗੇ ਨਮੈਰੀਕਲ ਅਬਿਲਟੀ ਇਹਨੂੰ ਆਪਾਂ ਐਨ ਵੀ ਲਿਖ ਸਕਦੇ ਹਾਂਗੇ ਇਸ ਦੇ ਵਿੱਚ ਉਹ ਵਿਅਕਤੀ ਆ ਜਾਂਦੇ ਨੇ ਜੋ ਗਣਿਤ ਅਤੇ ਨੰਬਰਾਂ ਦੀ ਸਮਝਣ ਦੀ ਯੋਗਤਾ ਰੱਖਦੇ ਨੇ ਭਾਵੇਂ ਕਿ ਜਿਨ੍ਹਾਂ ਦਾ ਮੈਥ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਹੈਗਾ ਇਸ ਵਿੱਚ ਉਹ ਵਿਅਕਤੀ ਆ ਜਾਂਦੇ ਨੇ ਜੋ ਕਿ ਸਵਾਲ ਨੂੰ ਦੇਖ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਦਾ ਹੱਲ ਕੱਢ ਦਿੰਦੇ ਨੇ ਨੈਕਸਟ ਆਪਾਂ ਗੱਲ ਕਰਾਂਗੇ ਮੈਮਰੀ ਅਬਿਲਿਟੀਜ਼ ਦੀ ਇਹਨੂੰ ਆਪਾਂ ਐਮ ਵੀ ਲਿਖ ਸਕਦੇ ਹਾਂਗੇ ਇਹ ਜੋ ਆਪਾਂ ਬੀ ਡਬਲਯੂ ਐਨ ਐਮ ਇਸ ਤਰ੍ਹਾਂ ਦੇ ਸ਼ਬਦ ਲਿਖ ਰਹੇ ਹਾਂਗੇ ਇਹ ਸਿਰਫ ਯਾਦ ਕਰਨ ਦੇ ਲਈ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਮੈਮਰੀ ਅਬਿਲਿਟੀਜ਼ ਦੀ ਇਹ ਜਦੋਂ ਅਸੀਂ ਕਿਸੇ ਪ੍ਰਾਣੀ ਵਸਤੂ ਜੇ ਗੱਲ ਨੂੰ ਯਾਦ ਕਰ ਸਕੀਏ ਤੇ ਉਸ ਨੂੰ ਅੱਗੇ ਆਉਣ ਵਾਲੀ ਮੁਸ਼ਕਲ ਲਈ ਵਰਤ ਸਕੀਏ। ਭਾਵੇਂ ਜਦੋਂ ਆਪਣੇ ਕੋਈ ਕੋਈ ਪਿਛਲੀ ਮੁਸ਼ਕਲ ਦਾ ਹਾਲ ਆਪਾਂ ਕੱਢ ਚੁੱਕੇ ਹੁੰਨੇ ਹੈਗੇ ਤੇ ਉਹੀ ਮੁਸ਼ਕਲ ਆਪਣੇ ਤੇ ਦੁਬਾਰਾ ਆ ਜਾਂਦੀ ਹੈਗੀ। ਭਾਵੇਂ ਜਿਨ੍ਹਾਂ ਆਪਾਂ ਕੋਈ ਕੰਮ ਕਰਦੇ ਕੋਈ ਕੰਮ ਸਿੱਖੇ ਹੋਏ ਹੈਗੇ ਜਿਵੇਂ ਆਪਾਂ ਪੀਐਸਟੈਟ ਤੇ ਲਗਾ ਲੋ ਵੀ ਪਿਛਲੀ ਵਾਰ ਪੀਐਸਟੈਟ ਦਿੱਤਾ ਸੀਗਾ ਉਸ ਦੇ ਵਿੱਚ ਆਪਣੇ ਇੱਕ ਦੋ ਨੰਬਰ ਘਟ ਗਏ ਤਾਂ ਹੁਣ ਆਪਾਂ ਜੋ ਦੁਬਾਰੇ ਪੀਐਸਟੈਟ ਦੂਜਾ ਪੇਪਰ ਹੋਊਗਾ ਤਾਂ ਉਸ ਦੇ ਵਿੱਚ ਦੋ ਤੋਂ ਤਿੰਨ ਕੁਐਸਚਨ ਅਜਿਹੇ ਹੁੰਦੇ ਨੇ ਵੀ ਜਿਹੜੇ ਪੁਰਾਣੇ ਪੇਪਰਾਂ ਵਿੱਚ ਲਏ ਜਾਂਦੇ ਨੇ ਤਾਂ ਉਦੋਂ ਆਪਾਂ ਉਹ ਯਾਦ ਕੀਤੇ ਹੋਣਗੇ ਤਾਂ ਉਹ ਦੋ ਤਿੰਨ ਕੁਐਸਚਨ ਆਪਾਂ ਪੁਰਾਣੇ ਜੋ ਕਿ ਆਪਣੇ ਮਨ ਦੇ ਵਿੱਚ ਫਿੱਟ ਹੋਈ ਹੁੰਦੇ ਨੇ ਉਸ ਨੂੰ ਯਾਦ ਕਰਕੇ ਆਪਾਂ ਉਹ ਕੁਐਸਚਨ ਹੱਲ ਕਰ ਲਵਾਂਗੇ ਉਹ ਵਿਅਕਤੀ ਮੈਮਰੀ ਅਬਿਲਿਟੀ ਦੇ ਵਿੱਚ ਆ ਜਾਂਦੇ ਨੇ ਨੈਸ਼ਟਾ ਆਪਾਂ ਗੱਲ ਕਰਾਂਗੇ ਰੀਜਨਿੰਗ ਅਬਿਲਿਟੀ ਇਹਨੂੰ ਆਰ ਵੀ ਲਿਖ ਸਕਦੇ ਆਂਗੇ ਇਸ ਦੇ ਵਿੱਚ ਵਿਅਕਤੀ ਤਰਕ ਨਾਲ ਸਹੀ ਅਤੇ ਗਲਤ ਦਾ ਪਤਾ ਲਗਾਉਂਦਾ ਹੈਗਾ ਪਾਪ ਕਿ ਇਹ ਚੀਜ਼ ਮੇਰੇ ਲਈ ਗਲਤ ਹੈਗੀ ਜਾਂ ਸਹੀ ਹੈਗੀ ਇਹ ਪੇਪਰ ਕਲੀਕ ਕਰਕੇ ਮੈਂ ਇਹ ਲੱਗ ਜਾਵਾਂਗਾ ਮੈਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ ਇਸ ਤਰ੍ਹਾਂ ਦੇ ਉਸ ਦੇ ਵਿੱਚ ਦਿਮਾਗ ਦੇ ਵਿੱਚ ਉਹ ਤਰਕ ਦੇ ਨਾਲ ਸੋਚ ਦੇਗਾ ਅਗਸਟ ਆਪਾਂ ਗੱਲ ਕਰਾਂਗੇ ਸਿਮੇ ਇਸ ਨਾਂਦ ਦੀ ਇਹ ਹੈਗਾ ਸਪੈਸ਼ਲ ਐਬਿਲਿਟੀਜ਼ ਇਹਨੂੰ ਆਪਾਂ ਐਸਵੀ ਲਿਖ ਸਕਦੇ ਹਾਂ ਜਦੋਂ ਕਿਸੇ ਸਮੱਸਿਆ ਦਾ ਹੱਲ ਕਰਨਾ ਹੋਵੇ ਤਾਂ ਉਸ ਨੂੰ ਸਪੈਸ਼ਲ ਐਬਿਲਿਟੀ ਕਹਿੰਦੇ ਨੇ ਅੱਜ ਅਸੀਂ ਅੱਪਾ ਗੱਲ ਕਰਾਂਗੇ ਪਰਸੈਪਚੁਅਲ ਐਬਿਲਿਟੀ ਦੀ ਜਦੋਂ ਵਸਤੂ ਨਾਲ ਸਪਸ਼ਟ ਰੂਪ ਵਿੱਚ ਸਮਝ ਕੇ ਉਸ ਦੀ ਪਛਾਣ ਕਰਨਾ ਭਾਵ ਕਿ ਜਦੋਂ ਆਪਾਂ ਪੀਐਸਟੈਟ ਦਾ ਪੇਪਰ ਦੇਵਾਂਗੇ ਤਾਂ ਉਸ ਤੋਂ ਪਹਿਲਾਂ ਆਪਾਂ ਉਸ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਾਂਗੇ ਵਿੱਚ ਵਿੱਚ ਇਹ ਕੁਝ ਇਹਦੇ ਵਿੱਚ ਆਉਂਦਾ ਹੈਗਾ ਤੇ ਇਹ ਆਪਾਂ ਨੂੰ ਪੜ੍ਹਨਾ ਪਊਗਾ ਤੇ ਉਹ ਆਪਾਂ ਪਹਿਲਾਂ ਤੋਂ ਹੀ ਪੜ੍ਹਾਂਗੇ ਜਿਸ ਨਾਲ ਆਪਾਂ ਉਸ ਪੀਐਸਟੈਟ ਦੇ ਨਾਲ ਪੂਰੀ ਤਰ੍ਹਾਂ ਉਸ ਨੂੰ ਪਛਾਣ ਲਵਾਂਗੇ ਤਾਂ ਇਹ ਸੀਗਾ ਥਰਸਟਨ ਦਾ ਬੌਕਰ ਕੀ ਬੁੱਧੀਆ ਸਿਧਾਂਤ ਜੋ ਕਿ ਆਪਾਂ ਇਸ ਕਲਾਸ ਦੇ ਵਿੱਚ ਕਰ ਚੁੱਕੇ ਹਾਂਗੇ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਹਰ ਇੱਕ ਕਲਾਸ ਟੱਕ ਪਹੁੰਚ ਸਕੇ ਤੇ ਤੁਸੀਂ ਆਪਣਾ ਪੀਐਸਟੈਟ ਦਾ ਪੇਪਰ ਕਲੀਅਰ ਕਰ ਸਕੋ ਮਿਲਦੇ ਹਾਂ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਦੇ ਉੱਪਰ ਮਾਈ ਫਿਊਚਰ ਤੇ